बड़े ना ये जी उत्थे इन्होंने ना बंदा मार के आए जी साढ़े उत्थे गुरुद्वारा नगीना घाट के सामने बाबा संतोख सिंह जी ये उत्थे बंदा मार के इत्थे पछके आए जी। वो बंदा इन्होंने वो मारिया जिहड़ा लालच करके मारिया जी उहदे कोल ही रहिंदे सी ये उत्थे रोटी पानी रोज़ खांदे सी बाबे कोल बह के उत्थे ही रहिंदे सी। और ये पक्के नैंग सिंह नहीं हैगे जी ना दा कोई जत्थेबंदी दे नाल कोई लिंक नहीं हैगा ये बाणा पा के नैंग सिंघां नूं बदनाम कर रहे उत्थे भी ना दा यही काम सी जी लोगों डरा के पैसे लेना लोगों नूं देख पी के तंग करना बंग पी के तंग करना नशा करके उत्थे भी लोगों नूं ये तंग करदे सी। उत्थे तख्त साहब भी इन्हां दे कई उत्थे मसले हल किए जी उत्थे सवेरे शाम ये जिहड़ा बाबा हैगा ये खंडा ना चक के अंदर लांदा सी महाराज के फोटो के कोल उत्थे भी ये खंडे नाल सारयां नूं डरा रहा सी ते उत्थे बाबा मार के आए। जूड़ साहब विच इक बाबे दा कतल करन तों बाद निहंग सिंघां दे पेस विच दो आरोपी ਉੱਥੋਂ ਭੱਜ ਕੇ ਵੀ ਭਿੱਖੀਵਿੰਡ ਆ ਗਏ ਸਨ। ਇਹਨਾਂ ਨੂੰ ਫੜਨ ਲਈ ਜਦ ਪੁਲਿਸ ਪਾਰਟੀ ਵੱਲੋਂ ਘੇਰਾ ਪਾਇਆ ਗਿਆ ਤਾਂ ਆਰੋਪੀਆਂ ਵੱਲੋਂ ਪੁਲਿਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਸ 'ਤੇ ਚਲਦੇ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਜਿਸ ਤੋਂ ਬਾਅਦ ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਇਹ ਦੋਨੋਂ ਅਪਰਾਧੀ ਢੇਰ ਕੀਤੇ ਗਏ। ਇੱਥੇ ਵੀ ਦੱਸਣਾ ਬਣਦਾ ਹੈ ਕਿ ਮਹਾਰਾਸ਼ਟਰ ਪੁਲਿਸ ਦੀ 4 ਮੈਂਬਰੀ ਟੀਮ ਵੀ ਭਿੱਖੀਵਿੰਡ ਪਹੁੰਚੀ। ਮਹਾਰਾਸ਼ਟਰ ਪੁਲਿਸ ਵੱਲੋਂ ਹੀ ਪੰਜਾਬ ਪੁਲਿਸ ਨੂੰ ਇਹਨਾਂ ਅਪਰਾਧੀਆਂ ਦੀਆਂ ਫੋਟੋਆਂ ਭੇਜੀਆਂ ਗਈਆਂ ਸਨ ਜਿਨ੍ਹਾਂ ਵੱਲੋਂ ਹਜ਼ੂਰ ਸਾਹਿਬ ਵਿੱਚ ਇੱਕ ਬਾਬੇ ਦਾ ਕਤਲ ਕੀਤਾ ਗਿਆ ਸੀ ਅਤੇ ਇਹਨਾਂ ਤਸਵੀਰਾਂ ਦੇ ਮਿਲਣ ਤੋਂ ਬਾਅਦ ਹੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਨੂੰ ਘੇਰਾ ਪਾ ਕੇ ਫੜਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਆਰੋਪੀਆਂ ਵੱਲੋਂ ਪੁਲਿਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਹਜ਼ੂਰ ਸਾਹਿਬ ਆ ਕੇ ਸਾਰੇ ਲੋਕਾਂ ਨੂੰ ਡਰਾਉਂਦੇ ਸੀ ਧਮਕਾਉਂਦੇ ਸੀ ਨਸ਼ੇ ਕਰਕੇ ਅਤੇ ਬਾਬੇ ਦੇ ਨਾਲ ਜਿਹੜਾ ਬਾਬਾ ਸੰਤੋਖ ਸਿੰਘ ਸੀ ਮਹਾਕਾਲ ਉਹਨਾਂ ਨੂੰ ਮਾਰ ਕੇ ਉਹਨਾਂ ਦੇ ਪਏ ਪੂਏ ਖੋ ਕੇ ਅਤੇ ਉਹ ਇੱਧਰ ਭੱਜ ਕੇ ਆ ਗਏ ਸੀ ਉਹਨਾਂ ਦੀ ਮੋਟਰਸਾਈਕਲ ਲੈ ਕੇ ਅਤੇ ਇਹ ਬਾਣੇ ਨੂੰ ਡਾਗ ਲਾ ਰਹੇ ਸੀ ਅਤੇ ਬਾਣੇ ਨੂੰ ਡਾਗ ਲਾ ਰਹੇ ਅਤੇ ਇਹਨਾਂ ਦਾ ਕੋਈ ਜੱਥੇਬੰਦੀਆਂ ਨਾਲ ਕੋਈ ਇਹਨਾਂ ਦਾ ਲਿੰਕ ਨਹੀਂ ਅਤੇ ਕੋਈ ਇਹਨਾਂ ਦੇ ਬਾਬਿਆਂ ਨਾਲ ਲਿੰਕ ਨਹੀਂ ਇੱਦਾਂ ਹੀ ਡੂੰਗ ਕਰਦੇ ਆ ਬਾਣਾ ਪਾ ਕੇ ਬੇਅਦਬੀ ਕਰਦੇ ਬਾਣੇ ਦੀ। ਇੱਥੇ ਸਾਨੂੰ ਇੰਨਾ ਪਤਾ ਨਹੀਂ ਸੀ ਅਸੀਂ ਤਾਂ ਬਾਬਾ ਜੀ ਦੀ ਬਰਸੀ ਮਨਾਉਣ ਆਉਂਦੇ ਸੀ ਹਰ ਸਾਲ ਆਈਦਾ ਬਾਬਾ ਜੀ ਦੇ ਕੋਲ ਬਾਬਾ ਸੂਰ ਸਿੰਘ ਨੇ ਨਗਰ ਵਿੱਚ ਆ ਕੇ ਬਾਬਾ ਜੀ ਨੂੰ ਨਮਸਕਾਰ ਕਰੀ ਦੀ ਬਾਬੇ ਦੇ ਕੋਲ। ਨਹੀਂ ਅਸੀਂ ਨਹੀਂ ਪਛਾਣਿਆ ਸੀ ਉਹਨੂੰ ਜਦੋਂ ਇਹਨਾਂ ਦਾ ਇਨਕਾਊਂਟਰ ਹੋਇਆ ਪੁਲਿਸ ਦੇ ਨਾਲ ਮੁਕਾਬਲੇ ਵਿੱਚ ਬਾਅਦ ਸਾਨੂੰ ਦੱਸਿਆ ਪੁਲਿਸ ਜੀ ਨੇ ਪੁਲਿਸ ਥਾਣਿਆਂ ਨੇ ਅਤੇ ਫਿਰ ਅਸੀਂ ਦੱਸਿਆ ਉਹਨਾਂ ਨੂੰ ਕਿ ਇਹ ਬੰਦੇ ਉੱਥੇ ਘੁੰਮਦੇ ਸੀ ਅਤੇ ਬਾਬੇ ਨੂੰ ਮਾਰ ਕਤਲ ਕਰਕੇ ਬਾਬੇ ਦੀ ਮੋਟਰਸਾਈਕਲ ਲੈ ਕੇ ਭੱਜ ਕੇ ਆ ਗਏ। ਸਹੀ ਹੋਇਆ ਜੀ ਜੋ ਕੁਛ ਹੋਇਆ ਇਹ ਬਾਣੇ ਨੂੰ ਬੇਦ ਵੀ ਕਰ ਰਹੇ ਸੀ ਬਾਣੇ ਦੀ ਬਾਣੇ ਨੂੰ ਡਾਗ ਲਾ ਰਹੇ ਸੀ ਸਾਰੇ ਅਤੇ ਸਹੀ ਹੋਇਆ ਜੀ ਇਹ ਇਹਨਾਂ ਡੂੰਘਿਆਂ ਦਾ ਹੋ ਗਿਆ ਸਾਰਾ ਪਰਦਾ ਖੁੱਲ੍ਹ ਗਿਆ ਡੂੰਘਿਆਂ ਦਾ। ਬੜੇ ਨਾਂ ਦਾ ਇਹ ਜੀ ਉੱਥੇ ਇਹਨਾਂ ਨੇ ਨਾ ਬੰਦਾ ਮਾਰ ਕੇ ਆਏ ਜੀ ਸਾਡੇ ਉੱਥੇ ਗੁਰਦੁਆਰਾ ਨਗੀਨਾ ਘਾਟ ਦੇ ਸਾਹਮਣੇ ਬਾਬਾ ਸੰਤੋਖ ਸਿੰਘ ਜੀ ਇਹ ਉੱਥੇ ਬੰਦਾ ਮਾਰ ਕੇ ਇੱਥੇ ਪਛਕੇ ਆਏ ਜੀ। ਉਹ ਬੰਦਾ ਇਹਨਾਂ ਨੇ ਉਹ ਮਾਰਿਆ ਜਿਹੜਾ ਲਾਲਚ ਕਰਕੇ ਮਾਰਿਆ ਜੀ ਉਹਦੇ ਕੋਲ ਹੀ ਰਹਿੰਦੇ ਸੀ ਇਹ ਉੱਥੇ ਹੀ ਰੋਟੀ ਪਾਣੀ ਰੋਜ਼ ਖਾਂਦੇ ਸੀ ਬਾਬੇ ਕੋਲ ਬਹਿ ਕੇ ਉੱਥੇ ਹੀ ਰਹਿੰਦੇ ਸੀ। ਔਰ ਇਹ ਪੱਕੇ ਨੈਂਗ ਸਿੰਘ ਨਹੀਂ ਹੈਗੇ ਜੀ ਨਾ ਦਾ ਕੋਈ ਜੱਥੇਬੰਦੀ ਦੇ ਨਾਲ ਕੋਈ ਲਿੰਕ ਨਹੀਂ ਹੈਗਾ। ਆਹ ਜਿਹੜਾ ਬੰਦਾ ਮਰਿਆ ਦੂਜਾ ਜਿਹੜਾ ਮੁੰਡਾ ਹੈਗਾ ਉਹ ਪਹਿਲੇ ਮੋਨਾ ਸੀ ਜੀ ਉੱਥੇ ਰਹਿ ਕੇ ਉਹ ਸਿੰਘ ਸਜਿਆ ਫਿਰ ਬਾਜ ਬਾਣਾ ਪਾਇਆ ਇਹ ਕੋਈ ਜੱਥੇਬੰਦੀਆਂ ਦੇ ਨਾਲ ਇਹਨਾਂ ਦੀ ਲਿੰਕ ਨਹੀਂ ਹੈਗੀ ਨਾ ਇਹ ਨੈਂਗ ਸਿੰਘ ਹੈਗੇ ਜੀ ਇਹ ਬਾਣਾ ਪਾ ਕੇ ਨੈਂਗ ਸਿੰਘਾਂ ਨੂੰ ਬਦਨਾਮ ਕਰ ਰਹੇ ਉੱਥੇ ਵੀ ਇਹਨਾਂ ਦਾ ਇਹੀ ਕੰਮ ਸੀ ਜੀ ਲੋਕਾਂ ਨੂੰ ਡਰਾ ਕੇ ਪੈਸੇ ਲੈਣਾ ਲੋਕਾਂ ਨੂੰ ਦੇਖ ਪੀ ਕੇ ਤੰਗ ਕਰਨਾ ਬੰਗ ਪੀ ਕੇ ਤੰਗ ਕਰਨਾ ਨਸ਼ਾ ਕਰਕੇ ਉੱਥੇ ਵੀ ਲੋਕਾਂ ਨੂੰ ਇਹ ਤੰਗ ਕਰਦੇ ਸੀ। ਉੱਥੇ ਤਖਤ ਸਾਹਿਬ ਵੀ ਇਹਨਾਂ ਦੇ ਕਈ ਉੱਥੇ ਮਸਲੇ ਹੱਲ ਕੀਤੇ ਜੀ ਉੱਥੇ ਡਿਊਟੀ ਵਾਲਿਆਂ ਨੇ। ਹੁਣ ਮੈਂ ਉੱਥੇ ਤਖਤ ਸਾਹਿਬ 'ਤੇ ਡਿਊਟੀ ਕਰਦਾ ਜੀ ਸਿਕਿਉਰਿਟੀ ਵਿਭਾਗ ਦੇ ਵਿੱਚ ਮੈਂ ਉੱਥੇ ਡਿਊਟੀ ਕਰਦਾ ਇਹ ਉੱਥੇ ਜਦੋਂ ਬੂਹੇ ਖੁੱਲ੍ਹਦੇ ਨਾ ਜੀ ਮਹਾਰਾਜ ਦੇ ਸਵੇਰੇ ਸ਼ਾਮ ਇਹ ਜਿਹੜਾ ਬਾਬਾ ਹੈਗਾ ਇਹ ਖੰਡਾ ਨਾ ਚੱਕ ਕੇ ਅੰਦਰ ਲਾਉਂਦਾ ਸੀ ਮਹਾਰਾਜ ਦੇ ਫੋਟੋ ਦੇ ਕੋਲ ਉੱਥੇ ਵੀ ਇਹ ਖੰਡੇ ਨਾਲ ਸਾਰਿਆਂ ਨੂੰ ਡਰਾ ਰਿਹਾ ਸੀ ਅਤੇ ਉੱਥੇ ਬਾਬਾ ਮਾਰ ਕੇ ਆਏ ਜੀ। ਇਹ ਕੁਛ 3 ਸਾਲ ਤੋਂ ਬਾਬਾ ਰਹਿ ਰਿਹਾ ਸੀ ਜਿਹੜਾ ਦੂਜਾ ਮੁੰਡਾ ਹੈਗਾ ਉਹ ਪਹਿਲੇ ਮੋਨਾ ਸੀ ਉਹ ਹੋ ਗਏ ਉਹਨਾਂ ਨੂੰ 6-7 ਮਹੀਨੇ ਹੋ ਗਏ ਉਹ ਉੱਥੇ ਹੀ ਹੈਗਾ ਉੱਥੇ ਉਹ ਸਿੰਘ ਸਜਿਆ ਬਾਣਾ ਪਾ ਕੇ ਇਹ ਨੈਂਗ ਸਿੰਘ ਨੂੰ ਬਦਨਾਮ ਕਰ ਰਹੇ ਜੀ ਇਹ ਕੋਈ ਜੱਥੇਬੰਦੀਆਂ ਦੇ ਨਾਲ ਇਹਨਾਂ ਦੀ ਲਿੰਕ ਨਹੀਂ ਹੈਗੀ ਜੀ। ਇਹ ਉਹਨਾਂ ਦੀ ਮੋਟਰਸਾਈਕਲ ਲੈ ਕੇ ਜੀ ਭੱਜੇ ਜੀ ਭੱਜ ਕੇ ਹੁਣ ਜਦੋਂ ਪਤਾ ਲੱਗਿਆ ਕਿ ਇੱਥੇ ਆਏ ਇੱਥੇ ਇਹਨਾਂ ਨੂੰ ਦੇਖਿਆ ਜੀ ਜਦੋਂ ਇੱਥੇ ਪੁਲਿਸ ਇਹਨਾਂ ਨੂੰ ਫੜਨ ਗਈ ਤਾਂ ਇਹ ਪਹਿਲੇ ਪੁਲਿਸ ਵਾਲਿਆਂ ਨੂੰ ਇੱਥੇ ਇਹਨਾਂ ਨੇ ਮਾਰਿਆ ਪੁਲਿਸ ਵਾਲਿਆਂ ਨੇ ਆਪਣੀ ਜਾਨ ਬਚਾਉਣ ਵਾਸਤੇ ਫਿਰ ਇਹਨਾਂ ਨੂੰ ਮਾਰਿਆ ਜੀ। ਇੱਥੇ ਸੂਰ ਸਿੰਘ ਆਏ ਸੀ ਜੀ ਇਹ ਇੱਥੇ ਦਿਖੇ ਸੂਰ ਸਿੰਘ ਮੇਲੇ ਦੇ ਵਿੱਚ ਦਿਖੇ ਸੀ ਜੀ ਇੱਥੇ ਮੇਲੇ ਦੇ ਵਿੱਚ ਜਦੋਂ ਦਿਖਿਆ ਇੱਥੇ ਪੁਲਿਸ ਵਾਲਿਆਂ ਨੂੰ ਪਤਾ ਚੱਲਿਆ ਫਿਰ ਇਹ ਭੱਜ ਕੇ ਗਾਂ ਚਲ ਗਏ। ਜਿਹੜਾ ਸੰਤੋਖ ਸਿੰਘ ਦਾ ਕਤਲ ਹੋਇਆ ਉਹਦੇ ਵਿੱਚ ਮੁੱਖ ਗਵਾਹ ਕੌਣ ਸੀਗਾ? ਆ ਬਾਬਾ ਖੰਡੇਆਲਾ ਮੁੱਖ ਗਵਾਹ ਮੈਂ ਹੈਗਾ ਉਹਦੇ ਵਿੱਚ ਜੀ ਉੱਥੇ ਮੈਂ ਕਤਲ ਆ ਬਾਬੇ ਨੇ ਕੀਤਾ ਜਿਹੜਾ
ਪਿਆ ਉੱਥੇ ਬਲਵਿੰਦਰ ਸਿੰਘ ਇਹਨੇ ਕੀਤਾ ਇਹ ਦੋਵੇਂ ਨਾਲ ਹੀ ਸੀ ਉੱਥੇ ਬਾਬੇ ਦੇ ਕੋਲ ਹੀ ਰਹਿੰਦੇ ਸੀ ਦੋਵੇਂ ਬਾਬੇ ਦੇ ਕੋਲ ਰੋਟੀ ਖਾਂਦੇ ਸੀ ਦੋ ਟਾਈਮ ਦੀ ਵਜ੍ਹਾ ਬਾਬਾ ਜੀ ਇਹ ਹੈਗੀ ਕਿ ਬਾਬੇ ਨੇ ਕੋਈ ਜਗ੍ਹਾ ਸੀ ਇਹਨਾਂ ਦੀ ਬਾਬੇ ਨੇ ਉਹ ਜਗ੍ਹਾ ਨਾ ਉੱਥੇ ਵੇਚੀ ਸੀ ਬਾਬੇ ਦੇ ਕੋਲ ਪੈਸੇ ਸੀ 13-15 ਲੱਖ ਰੁਪਏ ਸੀ ਇਹ ਲੈ ਕੇ ਭੱਜ ਗਏ ਜੀ ਪੈਸੇ ਵੀ ਜਾਣਕਾਰੀ ਨਹੀਂ ਗੀ ਤੇ ਉਧਰ ਇਹੋ ਜਿਹਾ ਪਾਪ ਕਰਕੇ ਆਏ ਆ ਤੇ ਉਹਨਾਂ ਦੇ ਪਾਪ ਦਾ ਫਲ ਹੀ ਉਹਨਾਂ ਨੂੰ ਮਿਲਿਆ ਵਾ ਤੇ ਸਾਡਾ ਉਹਨਾਂ ਨਾਲ ਕੋਈ ਲਿੰਕ ਨਹੀਂ ਗਾ ਤੇ ਅਸੀਂ ਤੇ ਪ੍ਰਸ਼ਾਸਨ ਦੇ ਨਾਲ ਹੀ ਹਾਂ ਜੀ। ਕੀ ਤੁਹਾਨੂੰ ਲੱਗਦਾ ਕਿ ਨਿਹੰਗ ਬਾਣੇ ਦੇ ਵਿੱਚ ਉਹ ਜਿਹੜੇ ਸੀਗੇ ਉਹ ਅਸਲੀ ਸਿੰਘਾਂ ਨਾਲ ਸੀ ਕਿ ਜਾਂ ਕੋਈ ਭੇਸ ਵਿੱਚ ਇਹੋ ਜਿਹੀ ਕੋਈ ਗਲਤ ਨਹੀਂ? ਸਾਡਾ ਕੋਈ ਉਹਨਾਂ ਨਾਲ ਜਾਣ ਪਛਾਣ ਨਹੀਂ ਜੀ, ਅਸੀਂ ਉਹਨਾਂ ਨੂੰ ਫੋਟੋ ਤੋਂ ਵੇਖਿਆ, ਉਹਨਾਂ ਨੂੰ ਪਹਿਲਾਂ ਕਦੀ ਉਹਨਾਂ ਨੂੰ ਜਾਣਦੇ ਨਹੀਂ ਅਸੀਂ। ਜੋ ਵੀ ਪੁਲਿਸ ਨੇ ਕੀਤਾ ਉਹ ਕਿਸ ਤਰੀਕੇ ਨਾਲ ਵੇਖਦੇ ਤੁਸੀਂ? ਹਾਂਜੀ, ਜਿਸ ਤਰ੍ਹਾਂ ਪ੍ਰਸ਼ਾਸਨ ਨਾਲ, ਜਿਸ ਤਰ੍ਹਾਂ ਵੀ ਇਹਦੇ ਬਾਰੇ ਕੁਝ ਬਹੁਤੀ ਸਾਨੂੰ ਜਾਣਕਾਰੀ ਨਹੀਂ, ਬਸ ਅਸੀਂ ਪ੍ਰਸ਼ਾਸਨ ਦੇ ਨਾਲ ਹੀ। ਹਾਂਜੀ ਹਾਂਜੀ, ਉਹਨਾਂ ਦੇ ਕਿਤੇ ਦੀ ਸਜ਼ਾ ਮਿਲੀ ਹੈ ਜੀ? ਇਹਦੇ ਬਾਰੇ ਕਹਿਣ ਦੀ ਤਾਂ ਕੋਈ ਲੋੜ ਨਹੀਂ ਜੀ, ਸਜ਼ਾ ਕਰਕੇ ਗਲਤੀ ਕਰਕੇ ਉੱਥੇ ਆਏ ਸੀ, ਜੁਰਮ ਕਰਕੇ ਆਏ ਸੀਗੇ। ਇੱਥੇ ਵੀ ਸਾਡੇ ਦੋ ਮਾਣਯੋਗ SHO ਜਿਹੜੇ ਬੜੇ ਚੰਗੇ ਸੀਗੇ, ਉਹਨਾਂ ਨੂੰ ਉਹਨਾਂ ਨੇ ਬਹੁਤ ਮਾਰਨ ਦੀ ਕੋਸ਼ਿਸ਼ ਕੀਤੀ, ਗੁੱਟ ਵੱਢ ਦਿੱਤੇ ਜੀ। ਉਹਨਾਂ ਦੀ ਕਿਤੇ ਦੀ ਸਜ਼ਾ ਮਿਲੀ ਹੈ ਜਿੱਥੋਂ ਕੋਈ ਸਾਨੂੰ ਪਤਾ ਨਹੀਂ ਜੀ, ਅਸੀਂ ਕਦੀ ਉਹਨਾਂ ਦੇਖਿਆ ਨਹੀਂ ਆ, ਪਹਿਲੀ ਵਾਰੀ ਅੱਜ ਫੋਟੋ ਦੇਖੀ ਉਹਨਾਂ ਦੀ, ਮੀਡੀਆ 'ਚ ਦੇਖੇ ਪਹਿਲੀ ਵਾਰੀ ਜੀ। ਸਰ, ਨਾਂਦੇੜ ਡਿਸਟ੍ਰਿਕਟ ਕੇ ਵਜੀਰਾਬਾਦ ਪੁਲਿਸ ਸਟੇਸ਼ਨ ਮੇ ਉਨਕਾ ਹੱਤਿਆ ਹੋਇਆ ਹੈ, 11-12 ਕੇ ਨਾਈਟ ਮੇ ਹੋਇਆ ਹੈ, ਔਰ ਹੱਤਿਆ ਕਰਕੇ ਉਹ ਦੋਨੋਂ ਉਨਕੀ ਬਾਈਕ ਚੁਰਾ ਕੇ ਇਧਰ ਭੱਗ ਕੇ ਆਏ। ਉਸੀ ਮਾਮਲੇ ਮੇ ਯਹਾਂ ਪੇ ਐਨਕਾਊਂਟਰ ਹੁਆ ਥਾ, ਤਾਂ ਕਿਆ ਆਪਨੇ ਆਇਡੈਂਟੀਫਾਈ ਕੀ ਕਿ ਯੇ ਵਹੀ ਲੋਗ ਹੈ? हाँ जी सर, वही हो गए, वो कंप्लेनेंट को भी उनका डेड बॉडी बता दिए, तो वही लोग हैं, दोनों वही लोग। ये वांटेड थे नांदेड़ पुलिस को? अच्छा जी, नांदेड़ पुलिस को वांटेड थे। वहाँ पे सर कौन सा मामला दर्ज हुआ इनके खिलाफ? इनको मर्डर का मामला दर्ज हुआ था। और कोई लूटपाट का भी हुआ था जी? नहीं, मर्डर का मामला। हाँ जी हाँ जी, ये जरा जेडे दो ढंग जेडे थे जिन्होंने पुलिस पे हमला किया था, बाद दे विच जेड़ा वा ਬਚਾਅ ਵਾਸਤੇ ਪੁਲਿਸ ਨੇ ਆਪਣੀ ਬਚਾਅ ਵਾਸਤੇ ਜਿਹੜੀ ਫਾਇਰਿੰਗ ਕੀਤੀ ਹੈ, ਜੋ ਮਾਰੇ ਗਿਆ ਇਹਨਾਂ ਨੇ ਜਿਹੜਾ ਨਦੇੜ ਸਾਹਿਬ ਉੱਥੇ ਜਿਹੜੇ ਉੱਥੇ ਬਾਬਾ ਸੰਤੋਖ ਸਿੰਘ ਜਿਹਦੇ ਕੋਲੋਂ ਹੀ ਇਹ ਰੋਟੀ ਪਾਣੀ ਖਾਂਦੇ ਸੀ, ਜੋ ਇਹਨਾਂ ਦੱਸਿਆ ਵਾ ਪੁਲਿਸ ਮੁਲਾਜ਼ਮਾਂ ਅਤੇ ਕੰਪਲੇਨੈਂਟ ਨੇ, ਉਸ ਨੂੰ ਹੀ ਇਹਨਾਂ ਲਾਲਚਵਸ ਹੋ ਕੇ ਉਹਦੇ ਕੋਲ ਕੁਝ ਪੈਸੇ ਸਨ, ਉਹਦੇ ਵੇਖ ਕੇ ਇਹਨਾਂ ਨੇ ਉਹਨੂੰ ਬੁਰੀ ਤਰ੍ਹਾਂ ਜਿਹੜਾ ਵਾ ਆਪਣੇ ਖੰਡੇ ਦੇ ਕਿਰਪਾਨਾਂ ਨਾਲ ਕੱਟ ਵੱਢ ਕੇ ਮਾਰ ਦਿੱਤਾ ਸੀਗਾ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਵਾ ਉੱਥੇ ਨਦੇੜ ਸਾਹਿਬ ਜਿਹੜਾ 302 ਦਾ ਇਹਨਾਂ ਦੋਵਾਂ ਦੇ ਖਿਲਾਫ਼ ਮੁਕੱਦਮਾ ਸੀਗਾ, ਜਿਹੜਾ ਨਦੇੜ ਸਾਹਿਬ ਦੀ ਜਿਹੜੀ ਪੁਲਿਸ ਨੇ ਸਾਨੂੰ ਇਨਫਾਰਮ ਕੀਤਾ ਸੀਗਾ ਵੀ ਇਹ ਜਿਹੜੇ ਮਤਲਬ ਇੱਥੇ ਆਏ ਆ, ਉਹ ਜਿਹੜੀ ਬਾਅਦ ਦੇ ਵਿੱਚ ਸਾਰੀ ਕਾਰਵਾਈ ਹੋਈ, ਅਤੇ ਜਿਹੜੀ ਇਹ ਨਦੇੜ ਸਾਹਿਬ ਦੀ ਜਿਹੜੀ ਇਨਵੈਸਟੀਗੇਸ਼ਨ ਟੀਮ ਆ, ਇਹ ਜਿਹੜੀ ਆ ਸਾਡੇ ਕੋਲ ਆਈ ਆ ਇਹਦੇ ਸੰਬੰਧ ਦੇ ਵਿੱਚ। ਇੱਕ ਤਾਂ ਇਹਨਾਂ ਨੇ ਇਹਦੀ ਸ਼ਨਾਖਤ ਜਿਹੜੀ ਕੀਤੀ ਆ ਵੀ ਇਹ ਵਾਕਈ ਜਿਹੜੇ ਮਤਈ ਨੇ ਵੀ ਉਹ ਬੰਦੇ ਆ ਜਿਹੜੇ ਗੁਰਦੇਵ ਸਿੰਘ ਅਤੇ ਮਹਤਾਬ ਸਿੰਘ ਜਿਨ੍ਹਾਂ ਨੇ ਜਿਹੜਾ ਸੰਤੋਖ ਸਿੰਘ ਦਾ ਕਤਲ ਕੀਤਾ ਸੀਗਾ, ਅਤੇ ਉਹਦੇ ਸੰਬੰਧ ਦੇ ਵਿੱਚ ਜਿਹੜੇ ਡਾਕੂਮੈਂਟਸ ਲੈਣ ਵਾਸਤੇ, ਕਿਉਂਕਿ ਇਹਨਾਂ ਕੋਲ ਵੀ ਇਹ ਬੰਦੇ ਜਿਹੜੇ ਵਾਂਟਡ ਸੀਗੇ, ਅਤੇ ਉਹਦੇ ਵਾਸਤੇ ਜਿਹੜੀ ਸਾਡਾ ਇੱਥੇ ਮੁਕੱਦਮਾ ਦਰਜ ਹੋਇਆ ਉਹਦੀ ਤਫਤੀਸ਼ ਦੇ ਕਾਗਜ਼ ਪੱਤਰ ਲੈਣ ਵਾਸਤੇ ਇਹ ਸਾਡੇ ਕੋਲ ਟੀਮ ਆਈ। ਇਹ ਬਾਰੇ ਤਾਂ ਇਹੋ ਹੀ ਦੱਸ ਸਕਦੇ ਆ, ਕੁਝ ਲੱਖ ਰੁਪਏ ਕਹਿੰਦੇ ਆ ਵੀ ਇਹ ਹੁਣ ਇਹਨਾਂ ਨੂੰ ਜ਼ਿਆਦਾ ਪਤਾ ਹੋਏਗਾ ਉੱਥੋਂ ਬਾਰੇ, ਪਰ ਇਹ ਕਹਿੰਦੇ ਵੀ ਉਹ ਪੈਸਿਆਂ ਦੇ ਲਾਲਚਵਸ ਹੋ ਕੇ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀਗਾ, ਜਿਹੜੀ ਉੱਥੋਂ ਦੇ ਇਨਵੈਸਟੀਗੇਸ਼ਨ ਅਫਸਰ ਆ ਉਹਨਾਂ ਨੇ ਦੱਸਿਆ ਵਾ, ਅਤੇ ਇਹ ਜਿਹੜੇ ਆ ਉੱਥੇ ਵੀ ਇਹਨਾਂ ਦੀ ਜਿਹੜੀ ਆ ਰੈਪੂਟੇਸ਼ਨ ਜਿਹੜੀ ਆ ਬਹੁਤ ਮਾੜੀ ਸੀ। ਇਹ 4 ਮੈਂਬਰੀ ਟੀਮ ਆ, ਇਹਦੇ ਵਿੱਚ 2 ਇੰਸਪੈਕਟਰ ਨੇ ਅਤੇ 2 ਉਹਨਾਂ ਦੇ ਹੋਰ ASI ਦੇ ਹੈੱਡ।